ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਜ ਤੁਹਾਨੂੰ ਦਿਖਾਵਾਂਗੇ ਕਿ ਪਿੰਡਾਂ ਦੇ ਵਿੱਚ ਸਬਜ਼ੀਆਂ ਕਿਸ ਤਰ੍ਹਾਂ ਹੁੰਦੀਆਂ ਨੇ ਔਰ ਪਿੰਡਾਂ ਜੋ ਪਟੇਕੇ ਸ਼ਰਜ ਕਿਸ ਤਰ੍ਹਾਂ ਜਾਂਦੀਆਂ ਨੇ ਔਰ ਸਬਜ਼ੀਆਂ ਦੇ ਬੂਟੇ ਕਿਸ ਤਰ੍ਹਾਂ ਹੁੰਦੇ ਨੇ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਓ ਤੁਹਾਨੂੰ ਸਬਜ਼ੀ ਦੇ ਬੂਟੇ ਦਿਖਾਣੇ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਜੱਟ ਹੁੰਦੇ ਨੇ ਹਮੇਸ਼ਾ ਹੀ ਕੁਰਤਾ ਪਜਾਮਾ ਪਾਉਂਦੇ ਨੇ ਅੱਜ ਤੁਸੀਂ ਵੀ ਦੇਖ ਸਕਦੇ ਹੋ ਮੈਂ ਵੀ ਕੁਰਤਾ ਪਜਾਮਾ ਪਾਇਆ ਤੁਹਾਨੂੰ ਵੀਡੀਓ ਪਿੰਡ ਦੀ ਪੂਰੀ ਦਿਖਾਵਾਂਗੇ ਇੱਕ ਸਬਜ਼ੀ ਐ ਦੋਸਤੋ ਸਾਹਮਣੇ ਸਬਜ਼ੀ ਦਾ ਸਬਜ਼ੀ ਦੀ ਖੇਤੀ ਹੈ ਬਿਲਕੁਲ ਐ ਤੋੜ ਸਬਜ਼ੀ ਤੁਹਾਨੂੰ ਦਿਖਾਣੇ ਆਗੇ ਜਾ ਕੇ ਸਬਜ਼ੀ ਕਿਹੜੀ-ਕਿਹੜੀ ਔਰ ਕਿਸ ਤਰ੍ਹਾਂ ਵੇਜੀ ਹੋਈ ਹੈ ਯਾਨੀ ਕਿ ਸਵੇਰ-ਸਵੇਰ ਸਬਜ਼ੀ ਸਾਰੀ ਪਟੇਕੇ ਮੰਡੀ ਸਬਜ਼ ਮੰਡੀ ਚਲੀ ਜਾਂਦੀ ਹੈ ਔਰ ਸ਼ਾਮ ਦਾ ਵੇਲਾ ਸਭ ਕੋਲ ਪਹਿਲੇ ਵੀਡੀਓ ਸ਼ੁਰੂ ਕਰਦੇ ਆਇਥੋਂ ਐ ਤੁਸੀਂ ਦੇਖ ਰਹੇ ਹੋ ਇਹ ਵਾਲ ਇੱਕ ਬਹੁਤ ਪਿਆਰੀ ਵੱਡੀ ਬਹੁਤ ਹੀ ਵੱਡੀ ਵਾਲ ਹੈ ਜਿਸ ਨੂੰ ਤੁਰੀਆਂ ਲੱਗੀਆਂ ਹੋਈਆਂ ਨੇ ਇਹ ਤੂਰੀ ਹੈ ਬਿਲਕੁਲ ਛੋਟੀ ਜੀ ਇਹ ਸਬਜ਼ੀ ਦੀ ਵਾਲ ਜਿਸ ਨੂੰ ਤੁਰੀਆਂ ਤੁਰੀਆਂ ਲੋਕ ਖਾਂਦੇ ਨੇ ਇਹ ਤੂਰੀ ਦੀ ਵਾਲ ਹੈ ਉਸ ਤੋਂ ਬਾਅਦ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਵੀ ਤੂਰੀ ਲੱਗੀ ਹੋਈ ਹੈ ਸਵੇਰੇ ਪਰਸੋਂ ਤੱਕ ਹੋਰ ਵੱਡੀ ਹੋ ਜਾਣੀ ਹੈ ਇਹ ਤੂਰੀ ਕਾਫੀ ਦਿਨਾਂ ਤੋਂ ਪਈ ਕਿਸੇ ਨੇ ਨਹੀਂ ਦੇਖੀ ਜਾਂ ਪੱਟੀ ਨਹੀਂ ਇਹ ਪੱਕ ਚੁੱਕੀ ਹੈ ਔਰ ਇਹ ਅਗਲੇ ਸਾਲ ਵਾਸਤੇ ਬੀਜ ਬਣ ਗਿਆ ਇਸ ਤੂਰੀ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਜੀ ਬੂਟਾ ਗਵਾਰੇ ਦੀ ਫਲੀਆਂ ਦਾ ਤਕਰੀਬਨ 4-5 ਫੁੱਟ ਹੈ ਇਹ ਬੂਟਾ ਜੋ ਗਵਾਰੇ ਦੀ ਫਲੀਆਂ ਲੱਗਦੀਆਂ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਇਹ ਗੁਵਾਰੇ ਦੀ ਫਲੀਆਂ ਜਿਸ ਨੂੰ ਪੂਰੇ ਬੂਟੇ ਨੂੰ ਉਤੋਂ ਲੈ ਕੇ ਤੇ ਥੱਲੋਂ ਤਾਈ ਗੁਵਾਰਾ ਹੀ ਗੁਵਾਰਾ ਹੈ ਸਾਰੇ ਹਰ ਬੂਟੇ ਨੂੰ ਗੁਵਾਰੇ ਗੁਵਾਰੇ ਲੱਗਿਆ ਹੋਇਆ ਹੈ ਇਹ ਵਾਲ ਦੇ ਤੁਸੀਂ ਹੋਰ ਦੇਖ ਰਹੇ ਹੋ ਵੀ ਕਾਫੀ ਵੱਡੀ ਵਾਲਾ ਹੈ ਇਹ ਵਾਲਾ ਕਦੂਆ ਦੀ ਜਿਸ ਨੂੰ ਕਦੂ ਲੱਗਦੇ ਨੇ ਹਜ਼ੂਰ ਪਾਕ ਦੀ ਸੁਨਤ ਸਬਜ਼ੀ ਜਿਹੜਾ ਹੈ ਕਦੂ ਹੈ ਜੀ ਇਹ ਦੇਖੋ ਇਹ ਕਦੂ ਸ਼ਰੀਫ ਨੇ ਕਿਨੇ ਕਿ ਕਦੂਆ ਦੇਖ ਰਹੇ ਤੁਸੀਂ ਬਿਲਕੁਲ ਨਿਕਨੇ ਕਿ ਲੱਗ ਰਹੇ ਨੇ ਇਹ ਹੋਰ 2-3 ਦਿਨਾਂ ਤੱਕ ਕਦੂ ਬਿਲਕੁਲ ਤਿਆਰ ਹੋ ਜਾਣਗੇ ਜਿਹੜੇ ਇਹ ਤੁਸੀਂ ਦੇਖ ਰਹੇ ਹੋ ਬਿਲਕੁਲ ਛੋਟੇ ਛੋਟੇ ਨੇ ਇਹ ਹੋਰ 2-3 ਦਿਨਾਂ ਤੱਕ ਤਿਆਰ ਹੋ ਜਾਣੀਆਂ ਇਹਦੀ ਵੀ ਕਾਫੀ ਵੱਡੀ ਵੱਲ ਹੁੰਦੀ ਹੈ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਐ ਸਾਹਮਣੇ ਇਹ ਭਿੰਡੀਆਂ ਦਾ ਬੂਟਾ ਜਿਸ ਨੂੰ ਭਿੰਡੀ ਲੱਗਦੀ ਹੈ ਇਹ ਦੇਖ ਰਹੋ ਕਾਫੀ ਵੱਡੀ ਭਿੰਡੀ ਲੱਗੀ ਹੋਈ ਹੈ ਇਹ ਦੇਖੋ ਹੋਰ ਵੀ ਭਿੰਡੀਆਂ ਇਹਨੂੰ ਕਾਫੀ ਬੂਟੇ ਨੂੰ ਲੱਗ ਚੁੱਕੀਆਂ ਨੇ ਇਹ ਜੀ ਭਿੰਡੀਆਂ ਦਾ ਬੂਟਾ ਜਿਸ ਨੂੰ ਤੁਸੀਂ ਬਹੁਤ ਸ਼ੌਕ ਨਾਲ ਖਾਂਦੇ ਹੋ ਓਏ ਭਿੰਡੀ ਦਾ ਬੂਟਾ ਔਰ ਇਸ ਤਰ੍ਹਾਂ ਹੁੰਦਾ ਜੇ ਬਿਲ ਕੋਸਕਲ ਬਾ ਨਾਲ ਹੀ ਬਿਲਕੁਲ ਬੈਂਗਨ ਦਾ ਬੂਟਾ ਹੈ ਯਾਨੀ ਕਿ ਕਦੂ ਦਾ ਬਤਾਉਆ ਦਾ ਬੂਟਾ ਸੌਰੀ ਬਤਾਉਆ ਦਾ ਜਿਸ ਨੂੰ ਬੈਂਗਨ ਵੀ ਤੁਸੀਂ ਕਹਿੰਦੇ ਹੋ ਇਹ ਦੇਖ ਰਹੇ ਹੋ ਇਹ ਬੈਂਗਨ ਲੱਗੇ ਹੋਏ ਨੇ ਬਿਲਕੁਲ ਬੂਟੇ ਦੇ ਨਾਲ ਇਹ ਦੇਖੋ ਇਹ ਬੈਂਗਨ ਨੇ ਬੂਟਾ ਭਰਿਆ ਹੋਇਆ ਬੈਂਗਨਾਂ ਦੇ ਨਾਲ ਦੇਖ ਸਕਦੇ ਹੋ ਤੁਸੀਂ ਬੈਂਗਨਾਂ ਨਾਲ ਇਹ ਫੁੱਲ ਬੂਟਾ ਭਰਿਆ ਚੁੱਕਾ ਹੈ ਬਹੁਤ 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 ਲੱਗ ਰਹੇ ਨੇ ਦੇਖੋ ਇਹਨੂੰ ਉੱਤੇ ਵੀ ਨੇ ਥੱਲੇ ਵੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਲਾਈਨਾਂ ਬਣੀਆਂ ਹੋਈਆਂ ਨੇ ਐਸ ਲੈਂਚ ਹੋਰ ਸਬਜ਼ੀ ਹੈ और इस बिल्कुल ए लाइन और दूसरी लाइन इस होर सब्जी इस तरह तरतीब लाइन बार हर सब्जी एक लाइन हर सब्जी बिजी एक बहुत ही गुबारे दे बूटे है, देखो बिल्कुल पूरे फल दे भरे हुए हैं देख लो पूरा ही पूरा गुबारा और भिंडियाँ और जिसनों केंद्र ने तिल तिल शकरी तिल वगैरह जिसमें तिल शकरी भी इस्तेमाल होंगे ने तिल ने जी ए देखो थोड़ू तो क्ड के दिखाने है। ਇਹ ਦੇਖੋ ਬਿਲਕੁਲ ਐਤਲ ਐਤਲ ਇਹ ਬੂਟਾ ਤਿਲਾਂ ਦਾ ਜੀ ਐ ਤੁਸੀਂ ਦੇਖ ਰਹੇ ਹੋ ਐ ਬਿਲਕੁਲ ਐਨੀ ਕੀ ਨੀ ਕੀ ਐ ਚੈੱਕ ਕਰੋ ਇਹ ਮੇਥੀ ਹੈ ਜੀ ਆਲੂ ਮੇਥੀ ਜਿਸ ਬਹੁਤ ਸ਼ੌਕ ਨਾਲ ਤੁਸੀਂ ਪਕਾਉਂਦੇ ਹੋ ਇਹ ਮੇਥੀ ਦਾ ਬੂਟਾ ਹੈ ਬਿਲਕੁਲ ਦੇਖੋ ਜ਼ਮੀਨ ਦੇ ਨਾਲ ਇਹ ਸਾਰੀ ਮੇਥੀ ਹੈ ਜੀ ਕਾਫੀ ਅੱਗੇ ਵੀ ਹੈ ਇਹ ਮੇਥੀ ਦਾ ਬੂਟਾ ਹੈ ਜੀ ਇਸ ਸਬਜ਼ੀ ਦੇ ਵਿੱਚ ਇੱਕ ਕਮਾਨ ਦਾ ਬੂਟਾ ਜਿਸ ਨੂੰ ਗੰਨਾ ਕਹਿੰਦੇ ਨੇ ਇਹ ਗੰਨਿਆਂ ਦਾ ਬੂਟਾ ਹੈ ए जी तो वल देख रहे हो यह चकोदर की वाल चकोतरे चकोत्रे नहीं लगे हुए हाल ही चकोत्र कोई नज़र नहीं आ रहा यह चकोत्री वाल है बिल्कुल नाल ही इस टीडिया वाल है निके नी निकेडे है सन लेकिन हूँ पट लेने सुबह टीडिया की वाला ने यह फुल लग रहे ने इन्हों तैयार हो जाएगी बहुत ही अच्छी तौरी देखो ए बिलकुल तौरी पक रही है और दो तीन दिन तक काफी बड़ी हो जानी है हो। ए सामने ਤੁਸੀਂ ਇੱਕ ਬੂਟਾ ਹੋਰ ਦੇਖ ਰਹੇ ਹੋ ਇਹ ਬੂਟਾ ਸੁਆਣਨੇ ਦਾ ਜਿਸ ਨੂੰ ਬਾਟਾ ਕਹਿੰਦੇ ਨੇ ਬਹੁਤ ਹੀ ਅੱਛਾ ਹੈ ਸਰਦੀਆਂ ਦੀ ਬਿਹਤਰੀਨ ਸਬਜ਼ੀ ਹੈ ਜਿਸ ਬੂਟੇ ਦੀ ਬਹੁਤ ਵੱਡਾ ਬੂਟਾ ਹੁੰਦਾ ਹੈ ਦੇਖ ਰਹੇ ਹੋ ਤੁਸੀਂ ਇਹ ਸੁਆਣਣਾ ਜਿਸ ਨੂੰ ਆਖਿਆ ਜਾਂਦਾ ਸੁਰੈਖੀ ਜ਼ਬਾਨ ਚ ਮੁੰਤਾਨਿਚ ਬਾਟਾ ਵੀ ਕਹਿੰਦੇ ਨੇ ਕਿ ਅੱਜ ਅਸਾਂ ਬਾਟਾ ਬਣੇ ਸੂ ਸੁਆਣਣਾ ਬਾਟਾ ਇੱਕੋ ਹੀ ਹੈ ਸੇਮ ਐ ਤੁਸੀਂ ਦੇਖ ਰਹੇ ਹੋਏ ਬਿਲਕੁਲ ਜੰਤਰ ਦਾ ਬੂਟਾ ਨਿਕਾ ਜਾ ਹੁੰਦਾ तकरीबन 2 ਤੋਂ 4 ਇੰਚ ਦਾ ਔਰ ਇਹਦੀ ਸਮਾਲ ਕੀਤੀ ਗਈ ਹੈ 2 ਤੋਂ 4 ਇੰਚ ਦਾ ਬੂਟਾ ਤੁਸੀਂ ਦੇਖ ਸਕਦੇ ਹੋ तकरीबन 15 ਤੋਂ 20 ਫੁੱਟ ਉੱਚਾ ਹੋ ਗਿਆ ਇਹ ਦੇਖ ਲਓ 15 20 ਫੁੱਟ ਦੀ ਹਾਈਟ ਹੈ ਬੂਟੇ ਦੀ ਸਿਰਫ 5 6 ਇੰਚ ਤੋਂ ਸਮਾਲ ਕੀਤੀ ਗਈ ਔਰ ਸਨਾਲਿਆਂ ਦੇ ਗੰਨਾ ਖੜਾ ਹੈ ਇਹ ਗੰਨੇ ਦੀ ਪੋੜੀਆਂ ਤੁਹਾਨੂੰ ਮੈਂ ਦਿਖਾਣਾ ਇਹ ਦੇਖੋ ਇਹ ਗੰਨਾ ਹੈ ਇਹ ਦੇਖ ਲਓ ਹੋਰ ਵੀ ਬਹੁਤ ਉੱਤੇ ਪੋਣੀਆਂ ਹਨ ਗੰਨੇ ਦੀਆਂ ਇਹ ਗੰਨਾ ਹਾਲੀਆ ਛੋਟਾ ਹੈ ਇਸ ਨੂੰ ਅਸੀਂ ਪਾਟ ਨਹੀਂ ਸਕਦੇ ਇੱਥੇ ਤਕਰੀਬਨ ਸੂਬਾ ਮੱਕੀ ਬੀਜੀ ਹੈ ਤੇ ਕੋਈ ਸਮਾਲ ਕਰਨ ਵਾਲਾ ਨਹੀਂ ਹੈ ਉਸ ਦੀ وجہ ਤੋਂ ਪੰਛੀ ਬੈਠੇ ਨੇ ਸਾਹਮਣੇ ਮੱਕੀ ਨੂੰ ਜ਼ਮੀਨ ਚੋਂ ਕੱਟ-ਕੱਟ ਕੇ ਆਪਣੀ ਖੁਰਾਕ ਬਣਾ ਰਹੇ ਨੇ ਕਿ ਅਸੀਂ ਇਸ ਦੀ ਸਮਾਲ ਕਰਨ ਵਾਲਾ ਹਾਲੀ ਮਾਲਕ ਇੱਥੇ ਨਹੀਂ ਹੈ ਤੇ ਉਸ ਦੀ وجہ ਤੋਂ ਪੰਛੀ ਮੱਕੀ ਖਾ ਰਹੇ ਨੇ ਇਹ ਜੀ ਇੱਕ ਹੋਰ ਵਾਲ ਸਾਨੂੰ ਜਾਂ ਜਾਂਦੇ ਮਿਲੀ ਹੈ ਚਿਬਣਾ ਦੀ ਜਿਸ ਨੂੰ ਚਿਬੜ ਕਹਿੰਦੇ ਨੇ ਬਹੁਤ ਹੀ ਸੁਆਦੀ ਔਰ ਬਹੁਤ ਹੀ ਜ਼ੈਕੀਦਾਰ ਇਹ ਦੇਖੋ ਇਹ ਅਸੀਂ ਵੀ ਟਰਾਈ ਕਰਦੇ ਹਾਂ ਕਿ ਇਹ ਕਿਹੋ ਜਿਹੇ ਹੁੰਦੇ ਨੇ ਇਹ ਦੇਖੋ ਮੈਂ ਪਟ ਲਿਆ ਹੋਰ ਵੀ ਨਿੱਕੇ ਨਿੱਕੇ ਕਾਫੀ ਨਾਲ ਲੱਗੇ ਹੋਏ ਨੇ ਤੇ ਬਹੁਤ ਹੀ ਟੇਸਟੀ ਇਹ ਦੇਖੋ ਇੱਕ ਐ ਚੁਪਿਆ ਪਿਆ ਚੁਪਾ ਰਸਤਮ ਹੈ ਉਹ ਦੇਖੋ ਤੇ ਉਸ ਦੇ ਨਾਲ ਨਾਲ ਟਿੰਡੇ ਤੁਹਾਨੂੰ ਦਿਖਾਣੇ ਰਹਿ ਗਏ ਸਨ ਤੇ ਇਹ ਜਿਹੜਾ ਹੈ ਨਾ ਟਿੰਡਿਆਂ ਦਾ ਇਸ ਨੂੰ ਟਿੰਡੇ ਕਹਿੰਦੇ ਨੇ ਜੀ ਇਹ ਟਿੰਡਾ ਵੀਡੀਓ ਅੱਛੇ ਲੱਗੇ ਤੇ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਉਮੀਦ ਕਰਨਾ ਤੁਨਵਾਇਦੀ ਵੀਡੀਓ ਤੁਹਾਨੂੰ ਬਹੁਤ ਅੱਛੇ ਲੱਗੀ ਹੋਗੀ ਐਸੀ ਨੈਕਸਟ ਵੀਡੀਓ ਕੇ ਲਿਏ ਦੁਬਾਰਾ ਮਿਲਤੇ ਹਾਂ ਸਬਸਟਾ ਕੇ ਲਿਏ ਅਲਹਾਓ